ਸਾਰੇ ਇਹਨਾਂ ਦਾ ਸਤਿਕਾਰ ਕਰਦਾ ਹੈ ਤੇ ਸਿਰਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਰਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰਚਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜ਼ੁਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ ਦਸੰਨੇਜ਼ ਵਤਨੋਂ ਦੂਰ ਰੇਡੀਓ Listen live Vatnodu Radio with Sukhi nature What makes the festive season extra special? You guessed it right. Pizza Depot's range of specialty pizzas. From slices for a solo celebration to feasts for a large gathering. Get it all at Pizza Depot. Wishing you all a joyous festive season and a happy new year. ਤੋ ਉਸ ਤੋਂ ਟੌਟੀ ਸ਼ਹਿਰ ਚ ਖੁੱਲ ਗਿਆ ਇੱਕ ਅਜੀਹਾ ਸੈਲੂਨ ਜਿੱਥੇ ਬਿਨਾ ਕੈਂਚੀ ਦੇ ਟੌਟੀ ਦਾੜੀ ਕੱਲ ਕਿੱਤੀ ਜਾਵੇਗੀ ਜੀ ਹਾਂ ਅਮਨ ਕਲੀ ਬਿਅਰ ਇਸ ਸੈਲੂਨ ਚ ਟੌਡੀ ਦਾੜੀ ਤੇ ਕੁੰਡਲ ਪਾਈ ਜਾਂਦੇ ਨੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਸੈੱਟ ਕੀਤੀ ਜਾਂਦੀ ਹੈ ਹੀ ਲੋਕੇਸ਼ਨ ਬ੍ਰਾਮਟਨ ਦੇ 136 ਡੈਕਰ ਹਾਲੋ ਸਰਕਲ ਦੇ ਵਿੱਚ ਹੈ ਤੇ ਨੰਬਰ 4372458500 ਔਰ ਨਾਮਾ ਲੈ ਲਿਆ ਟਰੱਕ ਤੇਰੇ ਯਾਰ ਨੇ ਬਾਬਿਆਂ ਦੇ ਚੱਲ ਚੱਲੀ ਏ ਭਾਈ ਅੱਜ ਕਿੱਥੇ ਚੱਲੇ ਆ ਓਏ ਅੱਜ ਪੰਜਾਬ ਸਪੋਰਟਸ ਕੈਨੇਡਾ ਵਾਲਿਆਂ ਦੇ ਚੱਲੇ ਆ ਉੱਥੇ ਕੀ ਹੈ ਓਏ ਨੰਬਰ 1 ਟਰੈਕਸੂਟ ਅਤੇ ਸਪੋਰਟਸ ਦਾ ਹਰ ਤਰ੍ਹਾਂ ਦਾ ਸਮਾਨ ਸਪੋਰਟਸਲੀ ਹਰ ਤਰ੍ਹਾਂ ਦੀ ਯੂਨੀਫਾਰਮ ਸਕੂਲਾਂ ਲਈ ਬੱਚਿਆਂ ਦੀਆਂ ਖੂਬਸੂਰਤ ਵਰਦੀਆਂ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਪੰਜਾਬ ਸਪੋਰਟਸ ਕੈਨੇਡਾ 905789 7664 ਤੇ ਹਰ ਦਿਲ ਰਜੀਜ ਬਲਵੀਰ ਸੰਧੂ ਨੂੰ ਹਮੇਸ਼ਾ ਯਾਦ ਰੱਖੋ ਜੇ ਚੰਨ ਚੋਂ ਚਾਨਣੀ ਮੁੱਕ ਜਾਵੇ ਸਾਗਰ ਚੋਂ ਪਾਣੀ ਸੁੱਕ ਜਾਵੇ ਹਰ ਦਿਲ ਦੀ ਧੜਕਣ ਰੁਕ ਜਾਵੇ ਤਾਂ ਹੋ ਸਕਦਾ ਤੈਨੂੰ ਭੁੱਲ ਜਾਵਾਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਰੌਸ਼ਨ ਪ੍ਰਿੰਸ ਤੇ ਤੁਸੀਂ ਸੁਣ ਰਹੇ ਹੋ ਵਤਨੋਂ ਦੂਰ ਰੇਡੀਓ ਆਪਣਾ ਜੀ ਹਾਂ ਦੋਸਤੋ ਔਰ ਬੁੱਧਵਾਰ ਦੀ ਇਸ ਖਾਸ ਮਹਿਫਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਇਸਤਕਬਾਲ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਵਤਨੋਂ ਦੂਰ ਦੀ ਇਸ ਮਹਿਫਲ ਦੇ ਵਿੱਚ ਅਸੀਂ ਹਾਜ਼ਰ ਹੋ ਗਏ ਹਾਂ ਜੀ ਆਪ ਜੀ ਦਾ ਐਂਟਰਟੇਨਮੈਂਟ ਕਰਨ ਦੇ ਲਈ ਸਮਾ ਹੋ ਗਿਆ ਹੈ ਜੀ 11:05 ਤੇ ਅਸੀਂ ਗੱਲਬਾਤ ਕਰਾਂਗੇ ਤੁਹਾਡੇ ਨਾਲ ਠੀਕ 12:00 ਤੱਕ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਪ੍ਰੋਗਰਾਮ ਜਿੱਥੇ ਵੀ ਸੁਣ ਰਹੇ ਹੋਵੋਗੇ ਬਹੁਤ ਹੀ ਵਧੀਆ ਹੋਗੇ ਔਰ ਤੁਹਾਡਾ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਅੱਛਾ ਜਾਏਗਾ ਐਸੀ ਉਮੀਦ ਦੇ ਨਾਲ ਆਪਾਂ ਅੱਜ ਦੇ ਦਿਨ ਦੀ ਔਰ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੈਗੇ ਆਂ ਹਮੇਸ਼ਾ ਦੀ ਤਰ੍ਹਾਂ ਜੀ ਜ਼ਿਕਰ ਕਰਦੇ ਹੁੰਦੇ ਆ ਕਿ ਤੁਸੀਂ ਸਾਡੇ ਨਾਲ ਜਦੋਂ ਸਾਂਝ ਪਾਉਣੀ ਆ ਸਟੂਡੀਓ ਦੇ ਵਿੱਚ ਤੇ ਸਾਡੇ ਸਟੂਡੀਓ ਦਾ ਨੰਬਰ 9057990999 ਤੇ ਤੁਸੀਂ ਗੱਲਬਾਤ ਕਰਨੀ ਆ ਤੇ ਨਾਲ ਦੇ ਨਾਲ 1320 ਫ੍ਰੀਕਵੈਂਸੀ ਤੋਂ ਤੁਸੀਂ ਕ联ਨ ਕਰ ਚੁੱਕੇ ਹੋਗੇ ਹੋ ਔਰ ਅਗਰ ਤੁਸੀਂ ਅਮਰੀਕਾ ਜਾ ਰਹੇ ਹੋਗੇ ਜਾਂ ਫਿਰ ਕੈਨੇਡਾ ਤੋਂ ਬਾਹਰ ਜਾ ਰਹੇ ਹੋ ਜਾਂ ਫ੍ਰੀਕਵੈਂਸੀ ਦੀ ਰੇਂਜ ਤੋਂ ਬਾਹਰ ਹੈਗੇ ਹੋ ਤਾਂ ਵੀ ਤੁਸੀਂ CJMR 1320 ਤੇ ਆਉਂਦੇ ਹੋਏ ਸਾਰੇ ਹੀ ਪ੍ਰੋਗਰਾਮਾਂ ਨੂੰ ਲੜੀਵਾਰ ਇੰਜੋਏ ਕਰਨਾ ਹੈਗਾ ਤਾਂ ਈ ਬਾਬਾ ਐਪ ਜਿਹੜੀ ਹੈਗੀ ਆ ਤੁਸੀਂ ਉਹਨੂੰ ਡਾਊਨਲੋਡ ਕਰ ਸਕਦੇ ਹੋ ਤੇ ਸਾਰੇ ਪ੍ਰੋਗਰਾਮਾਂ ਦਾ ਇੰਜੋਏ ਕਰ ਸਕਦੇ ਹੋ ਸੋ ਪ੍ਰੋਗਰਾਮ ਨੂੰ ਜਿੱਥੇ ਆਪਾਂ ਵੱਖਰੇ ਵੱਖਰੇ ਢੰਗ ਦੇ ਨਾਲ ਉਲਿੱਖਦੇ ਹੈਗੇ ਆ ਤੁਹਾਡੀ ਵੀ ਸਾਂਝ ਜਿਹੜੀ ਆ ਜੀ ਬਹੁਤ ਸਾਡੇ ਲਈ ਜ਼ਰੂਰੀ ਆ ਇੰਪੋਰਟੈਂਟ ਹੈਗੀ ਆ ਕਿਉਂਕਿ ਤੁਸੀਂ ਸਾਡੇ ਨਾਲ ਸਾਂਝ ਪਾਉਨੇ ਹੋ ਤੇ ਸਾਡੇ ਆਪਣੇ ਜਿਹੜੇ ਵਿਚਾਰ ਹੈਗੇ ਆ ਆਪਣੀ ਜਿਹੜੀ ਸਾਰੀ ਇਹ ਫੇਸਬੁੱਕ ਫੈਮਿਲੀ ਜਾਂ ਰੇਡੀਓ ਫੈਮਿਲੀ ਹੈਗੀ ਆ ਉਹਨਾਂ ਦੇ ਨਾਲ ਆਪਾਂ ਸਾਂਝ ਪਾਉਨੇ ਹੈਗੇ ਆ ਤੇ ਸਾਨੂੰ ਤੁਸੀਂ ਲਾਈਵ ਦੇਖਣਾ ਹੈਗਾ ਆ ਉਹ ਵੀ ਈ ਆਵਾਜ਼ ਦੇ ਵਿੱਚ ਤੁਸੀਂ ਸਾਨੂੰ ਜਾ ਕੇ ਪੰਜਾਬੀ ਸੈਕਸ਼ਨ ਦੇ ਵਿੱਚ ਦੇਖ ਸਕਦੇ ਹੋ ਆਈ ਪੀਟੀਵੀ ਬਾਕਸ ਦੇ ਵਿੱਚ ਵੀ ਵਤਨੋਂ ਦੂਰ ਜਿਹੜਾ ਜੇ ਆਲਰੇਡੀ ਚੱਲ ਰਿਹਾ ਹੈਗਾ ਉੱਥੇ ਜਾ ਕੇ ਵੀ ਤੁਸੀਂ ਸਾਨੂੰ ਲਾਈਵ ਜਿਹੜਾ ਹੈਗਾ ਸੁਣ ਸਕਦੇ ਹੋ ਔਰ ਬਾਅਦ ਵਿੱਚੋਂ ਵੀ ਅਗਰ ਤੁਸੀਂ ਸਾਡਾ ਕੋਈ ਪ੍ਰੋਗਰਾਮ ਮਿਸ ਕਰ ਗਏ ਜਾਂ ਕੋਈ ਐਡਵਰਟਾਈਜ਼ਮੈਂਟ ਸੁਣਨੀ ਹੈ ਤਾਂ YouTube ਦੇ ਜਾ ਕੇ ਵਤਨੋਂ ਦੂਰ ਨੂੰ ਤੁਸੀਂ ਸਰਚ ਕਰਕੇ ਸਾਡਾ ਪ੍ਰੋਗਰਾਮ ਜਿਹੜਾ ਹੈਗਾ ਅਪਲੋਡ ਕੀਤਾ ਜਾਂਦਾ 1212 ਵੀ ਸੁਣ ਸਕਦੇ ਹੋ ਤੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਲੈ ਕੇ ਆਏ ਨੇ ਜੀ ਸਮੋਸਾ ਐਂਡ ਸਵੀਟ ਫੈਕਟਰੀ 416 213 11 65 ਤੇ ਨਾਲ ਦੇ ਨਾਲ वुਡਬਾਈਂਡ ਬੈਂਕਟ ਹਾਲ ਡ੍ਰੀਮ ਕਨਵੈਨਸ਼ਨ 905 451 1500 ਤੁਸੀਂ ਆਪਣੀਆਂ ਪਾਰਟੀਆਂ ਨੂੰ ਇੰਜੋਏ ਕਰਨਾ ਹੈਗਾ ਤਾਂ ਆਲੀਸ਼ਾਨ ਬੈਂਕਕਟ ਹਾਲ ਤੁਸੀਂ ਪਹੁੰਚਣਾ ਹੈਗਾ ਆ ਗੱਲਬਾਤ ਕਰਨੀ ਹੈਗੀ ਆ वुਡਬਾਈਂਡ ਬੈਂਕਟ ਹਾਲ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਜਿੱਥੇ ਆਪਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹੈਗੇ ਜੀ ਵੈਦਰ ਰਿਪੋਰਟ ਦੇ ਨਾਲ ਤੇ ਵੈਦਰ ਰਿਪੋਰਟ ਲੈ ਕੇ ਹਾਜ਼ਰ ਹੋਏ ਨੇ ਜੀ ਮੇਰੇ ਟੀਮ ਮੈਂਬਰ ਸੰਦੂ ਸਾਹਿਬ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ ਸਵਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਸਰੋਤਿਆਂ ਨੂੰ ਜਿਹੜੇ ਸਾਨੂੰ ਰੇਡੀਓ ਤੇ ਸੁਣ ਰਹੇ ਨੇ ਸਾਨੂੰ ਟੀਵੀ ਤੇ ਵੇਖ ਰਹੇ ਨੇ ਟਰੱਕਾਂ ਗੱਡੀਆਂ 'ਚ ਬੈਠ ਕੇ ਸੁਣ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸੋ ਅੱਜ ਦੀ ਜਿਹੜੀ ਵੈਦਰ ਰਿਪੋਰਟ ਹੈਗੀ ਆ ਭਾਜੀ ਟੈਂਪਰੇਚਰ ਹੈਗਾ ਜੀ 8 ਡਿਗਰੀ ਬਹੁਤ ਵਧੀਆ ਟੈਂਪਰੇਚਰ ਹੈ। ਹਾਂ ਜੀ। ਤੇ ਇੰਡੀਆ ਵਾਂਗੂੰ ਧੁੰਦ ਜੀ ਪਈ ਹੋਈ ਥੋੜੀ ਥੋੜੀ। ਹਾਂ ਜੀ। ਤੇ ਨਾਲ-ਨਾਲ ਹਲਕੀ ਜੀ ਬੂੰਦਾਬੰਦੀ ਹੋ ਰਹੀ ਆ ਤੇ ਹਵਾ ਦੀ ਜਿਹੜੀ ਸਪੀਡ ਹੈਗੀ ਆ 13 ਕਿਲੋਮੀਟਰ ਪਰ ਆਵਰ। ਹਾਂ। ਤੇ ਮਤਲਬ ਵਧੀਆ ਵੈਦਰ ਆ ਬਸ ਮੈਂ ਇਹੀ ਕਹੂੰਗਾ ਕਿ ਜਦੋਂ ਵੀ ਤੁਸੀਂ ਘਰੋਂ ਨਿਕਲਣਾ ਤਾਂ ਜੇ ਥੋੜੀ ਅੰਮ੍ਰਿਲਾ ਅੰਮ੍ਰਿਲਾ ਲੈ ਲਓ ਨਾਲ ਤੇ ਜਿਆਦਾ ਵਧੀਆ ਗੱਲ ਆ ਕਿਉਂਕਿ ਅੱਜ 4 ਵਜੇ ਤੱਕ ਮੀਂਹ ਪਏਗਾ 4 ਵਜੇ ਤੋਂ ਬਾਅਦ ਸ ਪੈਂਦੀ ਹੈ ਜੀ ਭਾਜੀ ਹੁਣ ਵੀ ਆਪਣੀ ਗੱਲਬਾਤ ਹੋ ਰਹੀ ਸੀਗੀ ਤੇ ਕਹਿੰਦੇ ਜੇ ਉੱਥੇ ਠੰਡ ਕਾਫੀ ਵੱਧ ਗਈ ਹੈਗੀ ਆ ਤੇ ਧੁੰਦਾਂ ਪੈ ਰਹੀਆਂ ਨੇ ਤੇ ਉਹ ਮਾਹੌਲ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਹੁਣ ਮਿਸ ਕਰਨ ਦੀ ਲੋੜ ਨਹੀਂ ਆਪਣਾ ਇੱਥੇ ਬਣਦਾ ਜਾ ਰਿਹਾ ਆ ਪਿਛਲੇ 3-4 ਦਿਨਾਂ ਤੋਂ ਇੰਨੀ ਜ਼ਿਆਦਾ ਗੂੜੀ ਫੌਗ ਜਿਹੜੀ ਧੁੰਦ ਪੈ ਰਹੀ ਆ ਔਰ ਰਾਤ ਵੀ ਸ਼ਾਮ ਹੁੰਦਿਆਂ ਹੁੰਦਿਆਂ ਰਾਤ ਹੁੰਦਿਆਂ ਹੁੰਦਿਆਂ ਕਾਫੀ ਜ਼ਿਆਦਾ ਧੁੰਦ ਜਿਹੜੀ ਆ ਉਹ ਰੋਡ ਦੇ ਉੱਤੇ ਪੈ ਗਈ ਸੀ ਤੇ ਅੱਜ ਆਪਾਂ ਨੂੰ ਮਤਲਬ ਹਮੇਸ਼ਾ ਹੁਣ ਗੱਲ ਕਰਦੇ ਹੁੰਦੇ ਆ ਕਿ ਜਿੱਥੇ ਆਪਾਂ ਸਨੋਹ ਤੋਂ ਬਚਣ ਦੇ ਲਈ ਜਾਂ ਸਨੋਹ ਤੋਂ ਹੀ ਸੇ ਡਰਾਈਵਰ ਵੀਰ ਜੋ ਇਸ ਵੇਲੇ ਡਰਾਈਵ ਕਰਦੇ ਨੇ ਤਾਂ ਜ਼ਰੂਰ ਜਦੋਂ ਵੀ ਧੁੰਦ ਪੈਂਦੀ ਹੈਗੀ ਹੈ ਜੀ ਵਿਜ਼ਿਬਿਲਟੀ ਥੋੜੀ ਜੀ ਘਟ ਜਾਂਦੀ ਹੈ ਤੇ ਤੁਸੀਂ ਐਕਸਟਰਾ ਪ੍ਰੀਕਾਸ਼ਨਸ ਲੈ ਕੇ ਗੱਲ ਕਰਨੀ ਹੈਗੀ ਆ ਜਾਂ ਡਰਾਈਵ ਕਰਨਾ ਮੈਨੂੰ ਲੱਗਦਾ ਕਿ ਪੰਜਾਬੀ ਤਾਂ ਇਹਦੇ ਵਿੱਚ ਐਕਸਪਰਟ ਹੈਗੇ ਆ ਆਪਾਂ ਤਾਂ ਉਹ ਟਾਈਮ ਵੀ ਦੇਖਿਆ ਜਦੋਂ ਬਿਲਕੁਲ ਮੋਰੇ ਦਿਖਦਾ ਹੀ ਕੁਝ ਨਹੀਂ ਸੀਗਾ ਬੰਦੇ ਨੂੰ ਬੰਦਾ ਨਹੀਂ ਦਿਖਦਾ ਹੁੰਦਾ ਸੀ ਭਾਜੀ ਮਤਲਬ ਜਿਹੜੀ ਇੰਡੀਆ 'ਚ ਧੁੰਦ ਪੈਂਦੀ ਉਹ ਤਾਂ ਐ ਮਤਲਬ ਆਂਦੇ ਨੇ ਐਜ ਟੂ ਐਜ ਆ ਵੀ ਗੱਡੀ ਤੋਂ ਰੋਡ ਦਾ ਕਿਨਾਰਾ ਦੇਖਣਾ ਪੈਂਦਾ ਬਾਰੀ ਖੋਲ ਕੇ ਬਿਲਕੁਲ ਬਿਲਕੁਲ ਤੇ ਮੈਂ ਮੈਨੂੰ ਯਾਦ ਅੱਜ ਮੈਂ ਨਾ ਕੱਲ ਪਰਸੋਂ ਦੀ ਗੱਲ ਆ ਮੈਂ ਗਿਆ ਉੱਥੇ ਤੇ ਮੈਨੂੰ ਨਾ ਪਹਾੜਾਂ ਜਾਂਦਾ ਮੌਕਾ ਰਸੇ ਲੱਗ ਲੱਗੇ ਮੌਕਾ ਮਿਲਿਆ ਤੇ ਉਹ ਜਿਹੜੇ ਜਿਹੜੇ ਧੁੰਦ ਦੇ ਜਿਹੜੇ ਬੱਦਲ ਆ ਉਹ ਜਿਹੜੇ ਉਹ ਮਲਕ ਪਹਾੜ ਟਕੇ ਹੋਏ ਉਹਨੂੰ ਪੂਰੀ ਫੀਲ ਨਾ ਕਸੋਲੀ ਜਿਹੇ ਲੱਗੇ ਆਪਣੇ ਜਿਵੇਂ ਸ਼ਿਮਲੇ ਲੱਗੇ ਜਿਹਾ ਇੱਕ ਸੋਲੀ ਉਹਦਾ ਜੇਪਾ ਜੀ ਉਹ ਫੀਲਿੰਗ ਬੜੀ ਹੋਈ ਸੀ ਤੇ ਮੈਂ ਤੇ ਇਹ ਵੀ ਨਾਲ ਕਹਿੰਦਾ ਵੀ ਜਿਹੜੇ ਵੀਰ ਅੱਜ ਛੁੱਟੀਆਂ ਇੰਜੋਏ ਕਰ ਰਹੇ ਨੇ ਕੋਈ ਜਗ੍ਹਾ ਨਹੀਂ ਲੱਭ ਰਹੀ ਜਾਣ ਨੂੰ ਤੇ ਯਾਰ ਭਾਈ ਗੱਡੀ ਮੋੜੋ ਤੇ ਪਹਾੜਾਂ ਨੂੰ ਪਾ ਲੋ ਤੇ ਤੁਹਾਨੂੰ ਕਸੌਲੀ ਦੀ ਫੀਲਿੰਗ ਪੂਰੀ ਆ ਜਣੀ ਉੱਥੇ ਜੇ ਬਿਲਕੁਲ ਔਰ ਤੁਸੀਂ ਨੇਚਰ ਦੇ ਨਾਲ ਇੰਜੋਏ ਕਰਨਾ ਹੈਗਾ ਆ ਤੇ ਤੁਸੀਂ ਉਧਰ ਨੂੰ ਨਾਰਥ ਵਾਲ ਨੂੰ ਜਾ ਸਕਦੇ ਹੋ ਔਰ ਜੇ ਤੁਸੀਂ ਲਾਈਟਾਂ ਦੇਖਣੀਆਂ ਹੈਗੀਆਂ ਆ ਤੇ ਡਾਊਨ ਟਾਊਨ ਬ੍ਰੈਂਟਨ ਦੇ ਵਿੱਚ ਤੁਸੀਂ ਜਾ ਸਕਦੇ ਹੋ ਸ਼ਾਮ ਨੂੰ ਬਹੁਤ ਹੀ ਵਧੀਆ ਵੈਦਰ ਚੱਲ ਰਿਹਾ ਹੈਗਾ ਆ ਬਹੁਤ ਹੀ ਵਧੀਆ ਲਾਈਟਨਿੰਗ ਕੀਤੀ ਹੈਗੀ ਆ ਡਾਊਨ ਟਾਊਨ ਬ੍ਰੈਂਟਨ ਦੇ ਵਿੱਚ ਆਪਣਾ ਸ਼ਹਿਰ ਹੈਗਾ ਤੁਸੀਂ ਜ਼ਰੂਰ ਆਪਣੀ ਫੈਮਲੀ ਦੇ ਦੇ ਬੱਚਿਆਂ ਨੂੰ ਨਾਲ ਲੈ ਕੇ ਜਾਓ ਯਾਰਾਂ ਦੋਸਤਾਂ ਦੇ ਨਾਲ ਪਹੁੰਚੋ ਔਰ ਉੱਥੇ ਜਾ ਕੇ ਫਿਰ ਤੁਸੀਂ ਖਾਣਾ ਖਾਣਾ ਹੈਗਾ ਆ ਤੇ ਤੜਕਾ ਕਿੰਗ ਡਾਊਨ ਟਾਊਨ ਬ੍ਰੈਂਟਨ ਦੇ ਵਿੱਚ ਲੋ ਹੈਗਾ ਤੜਕਾ ਕਿੰਗ ਤੁਸੀਂ ਅਮਰਸਰੀ ਛੋਲੇ ਕੁਚੇ ਖਾਣੇ ਹੈਗੇ ਆ ਤੇ ਜਾਂ ਫਿਰ ਕੋਈ ਹੋਰ ਵੈਜ ਨਾਨ ਵੈਜ ਪਕਵਾਨ ਖਾਣਾ ਹੈਗਾ ਤਾਂ ਤੜਕਾ ਕਿੰਗ ਦਾ ਜਿਹੜਾ ਜੀ ਤੁਸੀਂ ਰੈਸਟੋਰੈਂਟ ਡਾਊਨ ਟਾਊਨ ਬ੍ਰੈਂਟਨ ਦੇ ਵਿੱਚ ਹੈਗਾ ਉਹਨੂੰ ਵਿਜ਼ਿਟ ਕਰਨਾ ਕੀਮਤਾਂ ਕਾਫੀ ਕਫਾਇਤੀ ਹੈਗੀਆਂ ਨੇ ਤੇ ਫੂਡ ਬਹੁਤ ਵਧੀਆ ਹੈਗਾ ਤੇ ਤੁਸੀਂ ਪਹੁੰਚਣਾ ਹੈਗਾ ਆ ਤੜਕਾ ਕਿੰਗ ਦੇ ਨਾਲ ਨਾਲ ਤੇ ਤੁਸੀਂ ਜੇ ਲਾਈਟਾਂ ਦੇਖਣੀਆਂ ਹੈਗੀਆਂ ਨੇ ਤੇ ਹੋਰ ਵੀ ਤੁਹਾਡੇ ਆਪਣੇ ਆਸ-ਪਾਸ ਇਹ ਹੈਪਾ ਵੌਨ ਦੇ ਸ਼ਹਿਰ ਦੀ ਗੱਲ ਕਰੀਏ ਉੱਥੇ ਵੀ ਬਹੁਤ ਵਧੀਆ ਲਾਈਟਾਂ ਲੱਗੀਆਂ ਹੋਈਆਂ ਨੇ ਨਾਇਗਰਾ ਫਾਲ ਘੁੰਮਣ ਜਾਣਾ ਹੈਗਾ ਆ ਤੇ ਉਹ ਵੀ ਹਰ ਸਾਲ ਦੀ ਤਰ੍ਹਾਂ ਉੱਥੇ ਵੀ ਉਹਨਾਂ ਨੇ ਜਿਹੜੀਆਂ ਲਾਈਟਾਂ ਹੈਗੀਆਂ ਉਹਨੂੰ ਆਨ ਕੀਤਾ ਹੋਇਆ ਆ ਔਰ ਨਿਆਗਰਾ ਔਨ ਦਾ ਲੇਕ ਜਿਹੜਾ ਏਰੀਆ ਹੈਗਾ ਆ ਉੱਥੇ ਵੀ ਜਿਹੜੀਆਂ ਲਾਈਟਸ ਜਿਹੜੀਆਂ ਨੇ ਤੁਹਾਡੇ ਲਈ ਲਗਾਈਆਂ ਹੋਈਆਂ ਨੇ ਸੋ ਤੁਸੀਂ ਇਸ ਵੀਕਐਂਡ ਨੂੰ ਇੰਜੋਏ ਕਰਨਾ ਚਾਹੁੰਦੇ ਹੈਗੇ ਹੋ ਤੇ ਚਾਹੇ ਬ੍ਰਾਮਟਨ ਡਾਊਨਟਾਊਨ ਹੋਵੇ ਤੇ ਜਾਂ ਵੱਖਰੇ-ਵੱਖਰੀਆਂ ਚੀਜ਼ਾਂ ਨੂੰ ਤੁਸੀਂ ਐਕਸਪਲੋਰ ਕਰਨਾ ਹੈਗਾ ਤੇ ਤੁਸੀਂ ਜਾ ਸਕਦੇ ਹੋ ਆਪਣੀ ਫੈਮਿਲੀ ਨੂੰ ਲੈ ਕੇ ਲਾਈਟਿੰਗ ਜਿਹੜੀ ਹੈਗੀ ਆ ਜੀ ਆਲਮੋਸਟ ਸਾਰੇ ਸ਼ਹਿਰਾਂ ਦੇ ਵਿੱਚ ਈਵਨ ਓਕਵਿਲ ਜਿਹੜਾ ਹੈਗਾ ਜੀ ਉਹਦੇ ਵਿੱਚ ਵੀ ਬਹੁਤ ਸੋਹਣੀ ਲਾਈਟਿੰਗ ਕੀਤੀ ਹੋਈ ਹੈਗੀ ਆ ਤੇ ਸੰਤੋਸ਼ ਸਾਹਿਬ ਕੱਲ ਬਾਕਸਿੰਗ ਡੇ ਚੱਲ ਰਿਹਾ ਸੀਗਾ ਹਾਂਜੀ ਹਾਂਜੀ ਬਜੀ ਬਿਲਕੁਲ ਬਿਲਕੁਲ ਤੇ ਸੇਵਿੰਗ ਯਾ ਤਾਂ ਕਾਫੀ ਸੇਵਿੰਗ ਕੀਤੀ ਜੀ ਪਹਿਲਾਂ ਭਾਜੀ ਬਾਕਸਿੰਗ ਜਿਹੜੇ ਤੇ ਮੈਂ ਗਿਆ ਸੀ ਜੀ ਥੋੜੀ ਜਿਹੀ ਚੀਜ਼ਾਂ ਲੈ ਕੇ ਆਇਆ ਕਿਉਂਕਿ ਜਿਵੇਂ ਕਹਿ ਲਓ ਤੁਸੀਂ ਕਿ ਜਿਹੜੀ ਚੀਜ਼ 100 ਡਾਲਰ ਦੀ ਸੀ ਉਹ ਮੈਨੂੰ 25 ਡਾਲਰ ਚ ਮਿਲੀ ਹੈ ਤੇ ਬੜਾ ਵਧੀਆ ਲੱਗਾ ਮੈਂ ਕਹਾਂ ਯਾਰ ਇਹ ਤਾਂ ਕਮਾਲ ਹੋ ਗਈ ਮੈਨੂੰ ਸੋਚਦਾ ਸੀ ਮੈਂ ਕਦੇ ਕਈ ਵਾਰੀ ਹੁੰਦਾ ਕਿ ਬੰਦੇ ਨੇ ਵਧਾ ਕੇ ਪੈਸੇ ਲਾਏ ਹੁੰਦੇ ਪਰ ਨਹੀਂ ਭਾਜੀ ਰੀਅਲੀ ਮੈਂ ਗਿਆ ਫੀਲ ਕੀਤਾ ਕਿ ਵਕਈ ਬਾਕਸਿੰਗ ਜੇ ਤੇ ਉਹਨਾਂ ਨੇ ਰੀਅਲੀ ਉਹਨਾਂ ਨੇ ਸੇਲ ਲਾਈ ਹੋਈ ਹੈ ਤੇ ਮੈਂ ਜੀ ਕੱਲ 1700 ਡਾਲਰ ਦੀ ਸੇਵਿੰਗ ਕੀਤੀ ਓਏ ਕੀ ਬਾਤ ਹੈ ਹਾਂ ਜੀ ਬਿਲਕੁਲ ਬਿਲਕੁਲ ਪਿਛਲੀ ਵਾਰੀ ਜਦੋਂ ਬਾਕਸਿੰਗ ਡੇ ਤੇ ਗਿਆ ਸੀਗਾ ਤੇ ਮੈਂ 1700 ਡਾਲਰ ਖਰਚ ਕੀਤਾ ਸੀਗਾ ਅੱਛਾ ਜੀ ਇਸ ਵਾਰੀ ਮੈਂ ਗਿਆ ਹੀ ਨਹੀਂ ਕਿਤੇ ਇਸ ਕਰਕੇ ਆਪਾਂ ਘਰ ਹੀ ਰਹੇ ਤੇ ਯਾਰ ਕਰਦੇ ਕੰਮ ਤੇਰੇ ਆਪਾਂ ਗਏ ਹੀ ਨਹੀਂ ਸਮਝ ਗਿਆ ਸਮਝ ਗਿਆ ਸਮਝ ਗਿਆ ਮੈਂ ਪਰ ਕਹਿਣ ਤੋਂ ਕਹਿਣ ਤੋਂ ਪਾਉਗੇ ਤੁਸੀਂ 1700 ਡਾਲਰ ਨਾ ਜਾ ਕੇ ਬਚਾ ਲਿਆ ਬਚਾ ਨਾ ਜਾ ਕੇ ਬਚਾ ਲਿਆ ਬਸ 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 ਇਹ ਨਹੀਂ ਵਧੀਆ ਭਾਈ ਬਹੁਤ ਵਧੀਆ ਮਤਲਬ ਇਹ ਵੇਖੋ ਇਹ ਵੀ ਇੱਕ ਬੜੀ ਵਧੀਆ ਚੀਜ਼ ਆ ਆਪਣੇ ਆਪ ਦੇ ਵਿੱਚ ਕਿ ਜਦੋਂ ਅਸੀਂ ਕਰੀਏ ਸ਼ਾਪਿੰਗ ਕਰਨ ਜਾਂਦੇ ਵੀ ਆ ਮੰਨ ਲਓ ਹਨਾ ਤੇ ਸ਼ਾਪਿੰਗ ਕਰਦੇ ਕਈ ਵਾਰੀਆਂ ਐ ਐਕਸਟਰਾ ਚੀਜ਼ਾਂ ਖਰੀਦ ਲੈਣੇ ਜੇ ਤੁਸੀਂ ਮੈਨੂੰ ਕਿਹਾ ਸੀ ਉਹ ਦਿਨ ਵੀ ਆਪਾਂ ਯਾਰ ਐਕਸਟਰਾ ਚੀਜ਼ਾਂ ਖਰੀਦ ਲਈਆਂ ਸੋ ਉਹ ਜਿਹੜੀਆਂ ਐਕਸਟਰਾ ਚੀਜ਼ਾਂ ਨੇ ਉਹ ਸਾਡੇ ਕਈ ਵਾਰੀ ਮੰਨ ਤੇ ਵੀ ਪੌਂਦੀਆਂ ਵੀ ਯਾਰ ਸਾਡੀ ਜੇਬ ਤੋਂ ਹੀ ਬੋਝ ਪੌਂਦੀਆਂ ਹਨ ਹੈਨਾ ਤੇ ਉਹ ਤੁਸੀਂ ਮਿਲ ਕੇ ਮੈਂ ਕਹਿੰਦਾ ਵੀ ਗੁੱਡ ਸਲਾਹ ਦਿੱਤੀ ਵੀ ਤੁਸੀਂ 1700 ਬਚਾਇਆ ਬਹੁਤ ਵਧੀਆ ਹਾਂਜੀ ਔਰ ਕਿਉਂਕਿ ਅੱਜ ਨਵਨੀਤ ਹੋਣੀ ਹੈ ਨੇ ਆਪਣੇ ਨਾਲ ਨਹੀਂ ਤਾਂ ਹਮੇਸ਼ਾ ਸਾਨੂੰ ਕਹਿੰਦੇ ਕਿ ਜੀ ਜਿਹੜੇ ਮੁੰਡੇ ਆ ਜਾਂ ਜੈਂਟਸ ਜਿਹੜੇ ਹੈਗੇ ਜੀ ਪੈਸਾ ਖਰਚਦੇ ਆ ਹੁਣ ਦੇਖੋ ਸਾਡੇ ਬਲੇਜ਼ਰ ਇੱਕ ਵਾਰੀ ਅਸੀਂ ਲੈ ਲਏ ਇਹ 5-5 ਸਾਲ ਕਿਤੇ ਜਾਂਦੇ ਹੀ ਨਹੀਂ ਜੀ ਭਾਜੀ ਮੈਂ ਸੱਚੀ ਕਹਣਾ 5 ਸਾਲ ਦੀ ਗੱਲ ਛੱਡੋ ਕਿ ਮਤਲਬ ਕਿ ਛੁੱਟਣੀ ਪੈਂਦਾ ਬਹੁਤ ਬਹੁਤ ਬਹਾ ਹਣਾ ਜਿਵੇਂ ਮੈਂ ਗੱਲ ਕਰਾਂ ਜੀ ਸ਼ਾਪਿੰਗ ਦੀ ਗੱਲ ਕਰਾਂ ਜੀ ਮੇਰੇ ਵਾਈਫ ਦੇ ਲਿਮਾਰੀ ਖੋਲੋ ਤੇ ਮੇਰੇ ਨਾਲੋਂ ਕਈ ਗੁਣਾ ਜ਼ਿਆਦਾ ਕੱਪੜੇ ਆ ਮਤਲਬ ਉਹਨੇ 5-6 ਖਾਨੇ ਮੱਲੇ ਤੇ ਮੈਂ ਗਰੀਬ ਨੇ 1 ਖਾਨਾ ਹੀ ਮੱਲਿਆ ਤੇ ਉਹ ਫੇਰ ਹੀ ਕਹ ਤਿਤ ਮਾਰ ਕਪੜੇ ਹੈਗੇ ਕਿ ਨਹੀਂ ਹੈਗੇ ਬਿਲਕੁਲ ਬਿਲਕੁਲ ਔਰ ਤੁਹਾਨੂੰ ਪਤਾ ਜੀ ਇਹ ਬਹੁਤ ਵੱਡੀ ਮਾਰਕੀਟ ਹੈਗੀ ਆ ਜਦੋਂ ਤੁਸੀਂ ਖਾਸ ਕਰਕੇ ਅਮਰੀਕਾ ਨਾਰਥ ਅਮਰੀਕਾ ਦੇ ਵਿੱਚੋਂ ਜਾਂ ਯੂਰਪ ਦੇ ਵਿੱਚੋਂ ਜਿਹੜੇ ਸੈਕੰਡ ਹੈਂਡ ਕਪੜੇ ਜਿਹੜੇ ਆਪਾਂ ਇੱਥੇ ਕਹਿੰਦੇ ਆ ਕਿ ਆਪਾਂ ਛੱਡਿਆ ਉਹਨੇ ਉੱਥੇ ਜਿਹੜੇ ਜੀ ਵੈਲਿਊ ਵਿਲੇਜ ਦੇ ਵਿੱਚ ਇਹ ਇਹ ਆਪਣਾ ਏਸ਼ੀਆ ਦੇ ਵਿੱਚ ਬਹੁਤ ਵੱਡੀਆਂ ਮਾਰਕੀਟ